ਬਈ ਰਾਤ ਦਾ ਸਮਾਂ ਹੈ ਅਤੇ ਬਹੁਤ ਜ਼ਿਆਦਾ ਖੁਸ਼ੀ ਹੈ ਮੈਨੂੰ ਐਕਚੁਅਲ 'ਚ ਇਹ ਵਿਊ ਦੇਖ ਕੇ। ਤੁਸੀਂ ਇੱਕ ਵਾਰ ਪਲੀਜ਼ ਵਿਊ ਦੇਖੋ ਕਿ ਕਿਸ ਤਰੀਕੇ ਦੇ ਨਾਲ ਰਾਮ ਜੀ ਦੇ ਅਯੋਧਿਆ 'ਚ ਜਿਹੜਾ ਮੰਦਿਰ ਬਣਨ ਜਾ ਰਿਹਾ ਉਸ ਚੀਜ਼ ਦੀ ਖੁਸ਼ੀ। ਚੰਡੀਗੜ੍ਹ ਦੇ ਅਸੀਂ ਇਸ ਟਾਈਮ ਸੈਕਟਰ 34 ਦੇ ਵਿੱਚ ਖੜ੍ਹੇ ਹਾਂ, ਕਿਸ ਤਰੀਕੇ ਦੇ ਨਾਲ ਡੈਕੋਰੇਸ਼ਨ ਦੇ ਨਾਲ ਮਨਾਈ ਜਾ ਰਹੀ ਹੈ, ਸੈਲੀਬ੍ਰੇਟ ਕੀਤੀ ਜਾ ਰਹੀ ਹੈ ਐਜ਼ ਇਟ ਇਜ਼। ਤੁਸੀਂ ਮੇਰੇ ਸਾਹਮਣੇ ਪਲੀਜ਼ ਇੱਕ ਵਾਰ ਇਹ ਵਿਊ ਵੀ ਦੇਖੋ ਕਿ ਐਕਚੁਅਲ 'ਚ ਇਹ ਰਾਮ ਮੰਦਿਰ ਜਿਹੜਾ ਬਣਿਆ ਹੋਇਆ ਕਿੰਨਾ ਪਿਆਰਾ, ਕਿੰਨਾ ਸੋਹਣਾ ਲੱਗ ਰਿਹਾ। ਮੈਂ ਆਪਣੇ ਕੈਮਰਾ ਮੈਨੂੰ ਕਹੂੰਗਾ ਜ਼ਰੂਰ ਇੱਕ ਵਾਰ ਇਹ ਸਾਰੀ ਡੈਕੋਰੇਸ਼ਨ ਦਾ ਵੀ ਪਲੀਜ਼ ਇੱਕ ਵਾਰ ਵਿਊ ਦਿਖਾਇਓ ਕਿ ਕਿਸ ਤਰੀਕੇ ਦੇ ਨਾਲ ਇਹ ਡੈਕੋਰੇਸ਼ਨ ਕੀਤੀ ਗਈ ਆ। ਤੁਸੀਂ ਇੱਕ ਵਾਰ ਦੇਖੋ ਕਿ ਲਾਈਟਿੰਗ ਦੇ ਨਾਲ ਸੋਹਣੇ ਸੋਹਣੇ ਡੈਕੋਰੇਸ਼ਨ ਦੇ ਨਾਲ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਨੂੰ ਸਜਾਇਆ ਗਿਆ। 34 ਸੈਕਟਰ 'ਚ ਰਾਮ ਮੰਦਿਰ ਦੇ ਬਾਹਰ ਅਸੀਂ ਖੜ੍ਹੇ ਹਾਂ, ਇੱਥੇ 2 ਦਿਨ ਸਮਾਗਮ ਵੀ ਸੀਗਾ, 2 ਦਿਨ ਪ੍ਰੋਗਰਾਮ ਵੀ ਸੀਗਾ। ਪਰ ਤੁਸੀਂ ਇੱਕ ਵਾਰ ਇਹ ਦੇਖੋ ਕਿ ਕਿਹੜੇ ਤਰੀਕੇ ਦੇ ਨਾਲ ਇੱਥੇ ਇਹਨੂੰ ਬਣਾਇਆ ਗਿਆ ਅਤੇ ਲੋਕ ਕਿਸ ਤਰੀਕੇ ਦੇ ਨਾਲ 34 ਸੈਕਟਰ ਵਿੱਚ ਜਿਹੜਾ ਰਾਮ ਮੰਦਿਰ ਬਣਿਆ ਹੈਗਾ ਇੱਥੇ ਆ ਕੇ ਮੱਥਾ ਟੇਕ ਰਹੇ ਨੇ, ਜਿਹੜੀ ਜਿਨ੍ਹਾਂ ਜਿਨ੍ਹਾਂ ਦੀ ਭਾਵਨਾ ਹੁੰਦੀ ਹੈ, ਜਿਹੜੇ ਲੋਕ ਨਹੀਂ ਅਯੋਧਿਆ ਜਾ ਪਾਉਂਦੇ, ਕੁਛ ਲੋਕ ਘਰ ਬੈਠ ਕੇ ਰਾਮ ਜੀ ਨੂੰ ਜਪ ਰਹੇ ਨੇ, ਉਹਨਾਂ ਨੂੰ ਯਾਦ ਕਰ ਰਹੇ ਨੇ, ਅਤੇ ਕੁਛ ਲੋਕ ਮੰਦਿਰ 'ਚ ਆ ਕੇ ਮੱਥਾ ਟੇਕ ਰਹੇ ਨੇ। ਤੁਸੀਂ ਇੱਕ ਵਾਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕ ਰਾਤ ਦੇ ਵੇਲੇ ਵੀ ਮੰਦਿਰ ਆ ਰਹੇ ਨੇ ਅਤੇ ਮੱਥਾ ਟੇਕ ਰਹੇ ਨੇ, ਆਪਣੀ ਜਿਹੜੀ ਭਾਵਨਾ ਹੈਗੀ ਹੈ ਰਾਮ ਜੀ ਦੇ ਪ੍ਰਤੀ ਉਹ ਦਿਖਾ ਰਹੇ ਨੇ, ਉਹ ਐਕਚੁਅਲ 'ਚ ਇੱਥੇ ਉਹ ਫੀਲ ਕਰਨ ਆਏ ਨੇ। ਤੁਸੀਂ ਇੱਕ ਵਾਰ ਦੇਖ ਸਕਦੇ ਹੋ ਮੇਰੇ ਸਾਹਮਣੇ ਬਿਲਕੁਲ ਵਿਊ ਐਜ਼ ਇਟ ਇਜ਼, 34 ਸੈਕਟਰ ਰਾਮ ਮੰਦਿਰ ਦਾ। ਅਤੇ ਪੂਰੇ ਇੰਡੀਆ ਦੇ ਵਿੱਚ ਜਿੱਥੇ ਖੂਬ ਜਸ਼ਨ ਮਨਾਇਆ ਜਾ ਰਿਹਾ ਰਾਮ ਜੀ ਦੇ ਰੰਗਾਂ ਦੇ ਵਿੱਚ, ਜਿੱਥੇ ਪੂਰਾ ਇੰਡੀਆ ਇਸ 'ਤੇ ਮਰੰਗਿਆ ਹੋਇਆ, ਅਸੀਂ ਤੁਹਾਨੂੰ ਚੰਡੀਗੜ੍ਹ ਦਾ ਸਪੈਸ਼ਲ ਨਜ਼ਾਰਾ ਦਿਖਾਉਣ ਆਏ ਹਾਂ। ਇਹ ਅਸੀਂ ਖੜ੍ਹੇ ਹਾਂ 34 ਦੀਆਂ 41 ਦੀਆਂ ਲਾਈਟਾਂ 'ਤੇ। ਇਹ ਤੁਸੀਂ ਪਹਿਲਾਂ ਤਾਂ ਪਲੀਜ਼ ਇੱਕ ਵਾਰ ਵਿਊ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਸਜਾਵਟਾਂ ਦੇ ਨਾਲ ਪੂਰਾ ਚੰਡੀਗੜ੍ਹ ਸਜਾਇਆ ਗਿਆ ਲਾਈਟਿੰਗ ਦੇ ਨਾਲ, ਹੋਰ ਵੀ ਜ਼ਿਆਦਾ ਖੂਬਸੂਰਤ ਲੱਗ ਰਿਹਾ ਚੰਡੀਗੜ੍ਹ। ਐਂਡ ਇੱਥੋਂ ਤੁਸੀਂ ਨਾ ਇੱਕ ਅੰਦਾਜ਼ਾ ਜ਼ਰਾ ਇਹ ਚੀਜ਼ ਲਗਾਓ ਕਿ ਜਿੱਥੇ ਪੂਰੀ ਦੁਨੀਆ ਦੇ ਵਿੱਚ ਖੂਬ ਜਸ਼ਨ ਮਨਾਇਆ ਜਾ ਰਿਹਾ ਰਾਮ ਜੀ ਦਾ ਅਯੋਧਿਆ ਦੇ ਵਿੱਚ, ਜਿਹੜਾ ਹੈ ਨਾ ਉਹਨਾਂ ਦਾ ਰਾਮ ਮੰਦਿਰ ਬਣਿਆ ਹੈਗਾ, ਉੱਥੇ ਹੀ ਤੁਸੀਂ ਇੰਡੀਆ ਦੇ ਬੇਸਿਕਲੀ ਹਰ ਇੱਕ ਸ਼ਹਿਰ ਦੇ ਵਿੱਚ ਹਰ ਇਨਸਾਨ ਆਪਣੀ ਖੁਸ਼ੀ ਨੂੰ ਅਲੱਗ ਅਲੱਗ ਤਰੀਕੇ ਨਾਲ ਮਨਾ ਰਿਹਾ। ਇਹ ਚੰਡੀਗੜ੍ਹ ਦਾ ਤੁਸੀਂ ਐਕਚੁਅਲ ਨਜ਼ਾਰਾ ਦੇਖੋ ਕਿ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਦਾ ਇਕੱਲਾ ਇਕੱਲਾ ਚੌਂਕ ਪੂਰਾ ਸਜਾਵਟਾਂ ਦੇ ਨਾਲ ਭਰਿਆ ਹੋਇਆ, ਅਲੱਗ ਅਲੱਗ ਤਰੀਕੇ ਦੀ ਲਾਈਟਿੰਗ ਹੈ। ਇਹ ਇਕੱਲੇ ਚੌਂਕ ਦੀ ਗੱਲ ਨਹੀਂ, ਚੰਡੀਗੜ੍ਹ 'ਚ ਜਿਹੜੀ ਵੀ ਥਾਂ ਹੈਗੀ ਆ, ਜਿਵੇਂ ਕੋਈ ਮੰਦਿਰ ਹੋਵੇ ਸਪੈਸ਼ਲੀ, ਜਾਂ ਕੋਈ ਕੰਮ ਕਰਨ ਵਾਲੀ ਥਾਂ ਹੋਵੇ, ਜਾਂ ਕੋਈ ਵੀ ਘਰ ਹੋਵੇ, ਹਰ ਕੋਈ ਇਨਸਾਨ ਇਸ ਮੂਮੈਂਟ ਨੂੰ, ਇਸ ਮੌਕੇ ਨੂੰ ਬੜਾ ਹੀ ਬਖੂਬੀ ਤਰੀਕੇ ਨਾਲ ਇੰਜੋਏ ਕਰ ਰਿਹਾ। ਬੇਸ਼ੱਕ ਉਹ ਦੀਵੇ ਜਲਾ ਕੇ ਹੋਵੇ ਜਾਂ ਘਰ ਵਿੱਚ ਰੋਸ਼ਨੀ ਜਲਾ ਕੇ ਹੋਵੇ, ਇੱਕ ਤਰ੍ਹਾਂ ਦੇ ਕਿਹਾ ਜਾਂਦਾ ਨਾ ਕਿ ਅਸਲ 'ਚ ਦੀਵਾਲੀ ਇਹ ਆ ਸਾਰਿਆਂ ਦੀ, ਵੀ ਰਾਮ ਜੀ ਦਾ ਜਦੋਂ 22 ਤਰੀਕ ਨੂੰ ਹੈ ਨਾ ਉਹ ਫਾਈਨਲੀ ਰਾਮ ਮੰਦਿਰ ਬਣਨ ਲੱਗਿਆ, ਤਾਂ ਇਹ ਖੁਸ਼ੀ ਹਰ ਇੱਕ ਦੇ ਚਿਹਰੇ 'ਤੇ ਆ ਇਸ ਦਿਨ ਦੀ। ਹਰ ਇੱਕ ਇੰਡੀਆ ਦੇ ਵਿੱਚ ਜਿਹੜਾ ਇਕੱਲਾ ਇਕੱਲਾ ਘਰ ਆ ਨਾ ਉਹ ਇਸ ਚੀਜ਼ ਨੂੰ ਬੜਾ ਹੀ ਬਖੂਬੀ ਤਰੀਕੇ ਨਾਲ ਸੈਲੀਬ੍ਰੇਟ ਕਰ ਰਿਹਾ। ਤੁਸੀਂ ਇਹ ਲਾਈਟਿੰਗ ਦੇਖ ਪਾ ਰਹੇ ਹੋ, ਅਸੀਂ ਤੁਹਾਨੂੰ ਪੂਰਾ ਇੱਕ ਵਾਰ ਚੰਡੀਗੜ੍ਹ ਦਾ ਟੂਰ ਕਰਾਵਾਂਗੇ ਡੈਫੀਨੇਟਲੀ, ਕਿ ਰਾਤ ਦੇ ਸਮੇਂ 'ਚ ਚੰਡੀਗੜ੍ਹ ਐਕਚੁਅਲ 'ਚ ਕਿਵੇਂ ਦਾ ਲੱਗਦਾ, ਅਸੀਂ ਤੁਹਾਨੂੰ ਇਹ ਦਿਖਾਵਾਂਗੇ ਅੱਜ ਦੇ ਸਾਡੇ ਇਸ ਖਾਸ ਮੁਲਾਕਾਤ ਦੇ ਵਿੱਚ। ਇਕੱਲਾ ਇਕੱਲਾ ਚੌਂਕ ਦਿਖਾਵਾਂਗੇ, ਕਿਸ ਤਰੀਕੇ ਦੇ ਨਾਲ ਚੌਂਕ ਦੀ ਸਜਾਵਟ ਕੀਤੀ ਗਈ ਹੈ, ਕਿਸ ਤਰੀਕੇ ਦੇ ਨਾਲ ਚੌਂਕ ਨੂੰ ਸਜਾਇਆ ਗਿਆ, ਕਿਸ ਤਰੀਕੇ ਦੇ ਨਾਲ ਸਪੈਸ਼ਲੀ ਚੰਡੀਗੜ੍ਹ ਨੂੰ ਸਜਾਇਆ ਗਿਆ, ਤਾਂ ਮੈਂ ਜ਼ਰੂਰ ਹੁਣ ਆਪਣੇ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਤੁਸੀਂ ਦਿਖਾ ਦਿਓ ਵਿਊ 360 ਵਿਖਾ ਦਿਓ, ਦੈਨ ਅਸੀਂ ਇਸ ਤੋਂ ਬਾਅਦ ਚੱਲਦੇ ਹਾਂ ਜੀ ਅੱਗੇ, ਤਾਂ ਤੁਹਾਨੂੰ ਦਿਖਾਉਂਦੇ ਹਾਂ ਨਜ਼ਾਰਾ। ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ 33-34 ਵਾਲੀ ਰੋਡ 'ਤੇ। ਇੱਥੇ ਮੜਦੇ ਤੁਸੀਂ ਸਜਾਵਟ ਵੱਲ ਨਿਗਾਹ ਮਾਰੋ ਕਿ ਕਿਸ ਤਰੀਕੇ ਦੇ ਨਾਲ ਇਹ ਸਜਾਵਟ ਕੀਤੀ ਗਈ ਹੈ ਰਾਮ ਜੀ ਦੀ ਖੁਸ਼ੀ ਦੇ ਵਿੱਚ। ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਮੜ ਜਾ ਅੱਗੇ ਆ ਜਾਓ, ਅਸੀਂ ਪ੍ਰੋਪਰ ਵਿੱਚ ਘਰ ਜਾ ਕੇ ਆਡੀਅੰਸ ਨੂੰ ਆਪਣੀ ਦਿਖਾਉਂਦੇ ਹਾਂ
ਕਿ ਚੰਡੀਗੜ੍ਹ ਦੇ ਵਿੱਚ ਕਿਸ ਤਰੀਕੇ ਦੀ ਸਜਾਵਟਾਂ ਜਿਹੜੀਆਂ ਹੈਗੀਆਂ ਨੇ ਕਿੰਨੀ ਖੂਬਸੂਰਤ ਤਰੀਕੇ ਦੇ ਨਾਲ ਕੀਤੀਆਂ ਗਈਆਂ ਨੇ। ਆ ਦੇਖੋ ਜ਼ਰਾ ਇੱਧਰ ਇੱਕ ਵਾਰ ਤੁਸੀਂ ਇਹ ਪ੍ਰੋਪਰ, ਮੈਂ ਜ਼ਰੂਰ ਚਾਹੂੰਗਾ ਕਿ ਇਹ ਪ੍ਰੋਪਰ ਤੁਸੀਂ ਜੇ ਜਿੰਨੀ ਜਿੱਥੋਂ ਤੱਕ ਲਾਈਟਿੰਗ ਹੋਈ ਹੋਈ ਨਾ ਸਟਾਰਟਿੰਗ ਤੋਂ ਲੈ ਕੇ ਉੱਥੇ ਤੱਕ, ਤੁਸੀਂ ਇੱਕ ਵਾਰ ਜ਼ਰੂਰ ਦੇਖੋ ਕਿ ਇੱਥੇ ਤਾਂ ਲਾਈਟਿੰਗ ਹਜੇ ਫਿਕਸ ਹੈ, ਜਿਵੇਂ ਕਿ 2-3 ਕਲਰ ਦੀ ਲਾਈਟਿੰਗ ਹੈ। ਅੱਗੇ ਜਾ ਕੇ ਚੀਜ਼ ਜਿਹੜੀ ਹੈਗੀ ਆ ਹੋਰ ਵੀ ਖੂਬਸੂਰਤ ਬਣ ਜਾਂਦੀ ਹੈ। ਤਾਂ ਤੁਸੀਂ ਇੱਧਰ ਆ ਕੇ ਜ਼ਰਾ ਦੇਖੋ ਕਿ ਇਸ ਤਰੀਕੇ ਦੇਖੋ ਵੀ ਕਿਵੇਂ ਇੱਥੇ ਦੀ ਲਾਈਟਿੰਗ ਨੂੰ ਬਣਾਇਆ ਗਿਆ, ਇਸ ਤਰੀਕੇ ਦੀ ਮਲਟੀ ਲਾਈਟਿੰਗ ਦੇ ਨਾਲ ਦੇਖੋ ਕਿਸ ਤਰੀਕੇ ਨਾਲ ਖੇਲਿਆ ਗਿਆ। ਜ਼ਰਾ ਇੱਕ ਵਾਰ ਨਿਗਾਹ ਮਾਰੋ ਕਿ ਕਿੰਨਾ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਚੰਡੀਗੜ੍ਹ। ਮੇਰੇ ਖਿਆਲ ਤੋਂ ਕੋਈ ਤਿਉਹਾਰ ਹੋ ਜਾਵੇ, ਅੱਜ ਤੱਕ ਪਤਾ ਕਿ ਅਸੀਂ ਨਾ ਬਹੁਤ ਲਾਈਕ ਇੱਦਾਂ ਦੀ ਜਗ੍ਹਾ 'ਤੇ ਦੇਖਿਆ ਜਿਵੇਂ ਕਿਸੇ ਤਿਉਹਾਰ ਹੋ ਜਾਵੇ, ਕਿਸੇ ਤਿਉਹਾਰ ਦੇ ਚਲੋ ਕੋਈ ਚੀਜ਼ ਸੱਜੀ ਹੁੰਦੀ ਹੈ, ਲੋਕ ਕਿਸੇ ਹੋਰ ਖੁਸ਼ੀ ਤਰੀਕੇ ਨਾਲ ਮਨਾ ਰਹੇ ਹੁੰਦੇ ਨੇ, ਬਟ ਰਾਮ ਜੀ ਦੀ ਖੁਸ਼ੀ ਦੇ ਵਿੱਚ ਇੱਧਰ ਤੁਸੀਂ ਜ਼ਰੂਰ ਇੱਕ ਵਾਰ ਨਿਗਾਹ ਮਾਰ ਸਕਦੇ ਹੋ ਕਿ ਕਿਵੇਂ ਚੰਡੀਗੜ੍ਹ ਵਿੱਚ ਇੱਕ ਤਾਂ ਚਲੋ ਚੰਡੀਗੜ੍ਹ ਨੂੰ ਹੋਰ ਬਿਊਟੀਫੁਲ ਸਿਟੀ ਕਿਹਾ ਜਾਂਦਾ ਹੈਗਾ, ਪਰ ਇਹ ਲਾਈਟਿੰਗ ਦੇ ਨਾਲ ਇਸ ਸਿਟੀ ਨੂੰ ਹੋਰ ਵੀ ਜ਼ਿਆਦਾ ਪਿਆਰਾ ਬਣਾ ਦਿੱਤਾ ਗਿਆ। ਬੜੀ ਹੀ ਜ਼ਿਆਦਾ ਪਿਆਰੀ ਲਾਈਟਿੰਗ ਚੱਲ ਰਹੀ ਹੈ, ਲੱਗ ਰਹੀ ਹੈ ਇੱਥੇ। ਤੁਸੀਂ ਦੇਖ ਸਕਦੇ ਹੋ ਕਿਵੇਂ ਮਲਟੀ ਲਾਈਟਿੰਗ ਇੱਥੇ ਹੋ ਰਹੀ ਹੈ। ਕੈਮਰਾਮੈਨ ਨੂੰ ਜ਼ਰੂਰ ਕਹੂੰਗਾ ਇੱਕ ਵਾਰ ਅੱਗੇ ਆਓ, ਜ਼ਰੂਰ ਇੱਕ ਵਾਰ ਇਹ ਵਾਲਾ ਪੋਰਸ਼ਨ ਜ਼ਰੂਰ ਆਡੀਅੰਸ ਨੂੰ ਦਿਖਾਓ ਕਿ ਜਿੱਥੇ ਅਲੱਗ ਅਲੱਗ ਤਰੀਕੇ ਦੀ ਲਾਈਟਿੰਗ ਵਰਾਇਟੀਜ਼ ਦੇ ਵਿੱਚ ਪਲੇ ਹੋ ਰਹੀ ਹੈ, ਚੱਲ ਰਹੀ ਹੈ ਮਲਟੀ ਲਾਈਟਿੰਗ, ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ, ਰੈੱਡ, ਗ੍ਰੀਨ, ਸਕਾਈ ਬਲੂ, ਬਲੂ, ਪਿੰਕ, ਅਲੱਗ ਅਲੱਗ ਤਰੀਕੇ ਦੀ ਲਾਈਟਿੰਗ ਜਿਹੜੀ ਹੈਗੀ ਉਹ ਦੇਖਣ ਨੂੰ ਮਿਲ ਰਹੀ ਹੈ। ਮੇਨ ਜਿਹੜੇ ਚੌਂਕ ਹੈਗੇ ਨੇ ਚੰਡੀਗੜ੍ਹ ਦੇ, ਉਸ ਮੇਨ ਚੌਂਕਸ ਨੂੰ ਜਿਵੇਂ ਕਿ ਚਲੋ ਅਸੀਂ ਜਿਵੇਂ ਤੁਹਾਨੂੰ ਪਿੱਛੇ ਦਿਖਾਇਆ ਕਿ ਚੌਂਕਸ ਨੂੰ ਪੂਰਾ ਤਰੀਕੇ ਨਾਲ ਸਜਾਇਆ ਗਿਆ ਹੈਗਾ, ਬਟ ਜਿਹੜੀਆਂ ਕਿ ਪ੍ਰਾਈਮ ਲੋਕੇਸ਼ਨਸ ਵੀ ਹੈਗੀਆਂ ਨੇ ਚੰਡੀਗੜ੍ਹ ਦੀਆਂ, ਉਹਨਾਂ ਨੂੰ ਵੀ ਬੜਾ ਖੂਬਸੂਰਤ ਤਰੀਕੇ ਨਾਲ ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਸਜਾਇਆ ਗਿਆ, ਕਿ ਕਿਵੇਂ ਮਲਟੀ ਲਾਈਟਿੰਗ ਦੇ ਨਾਲ ਇਸ ਚੰਡੀਗੜ੍ਹ ਦੀ ਸਿਟੀ ਨੂੰ ਹੋਰ ਵੀ ਜ਼ਿਆਦਾ ਬਿਊਟੀਫੁਲ ਸਿਟੀ ਬਣਾ ਦਿੱਤਾ ਗਿਆ ਹੈ। ਰਾਮ ਜੀ ਦੀ ਖੁਸ਼ੀ ਦੇ ਵਿੱਚ, ਰਾਮ ਜੀ ਦੇ ਰੰਗਾਂ ਦੇ ਵਿੱਚ ਚੰਡੀਗੜ੍ਹ ਪੂਰਾ ਇਸ 'ਤੇ ਮਰੰਗਿਆ ਹੋਇਆ। ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਹੀ ਜ਼ਿਆਦਾ ਪਿਆਰਾ ਇਸ ਟਾਈਮ ਵਿਊ ਲੱਗ ਰਿਹਾ। ਰਾਤ ਦੇ ਮੇਰੇ ਖਿਆਲ ਤੋਂ ਕਰੀਬ ਤੋਂ ਕਰੀਬ 7:30-8 ਵੱਜ ਚੁੱਕੇ ਨੇ, ਬਟ ਜੇ ਕਿਸੇ ਨੇ ਇਸ ਟਾਈਮ ਨਜ਼ਾਰਾ ਲੈਣਾ ਹੈਗਾ, ਐਕਚੁਅਲ 'ਚ ਦੇਖਣਾ ਹੈਗਾ ਕਿ ਕਿਵੇਂ ਸ਼ਹਿਰ ਦੇ ਵਿੱਚ ਹਰ ਚੌਂਕ ਦੇ ਵਿੱਚ ਆਪਣੀ ਖੁਸ਼ੀ ਨੂੰ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ 'ਚ ਦਿਖਾਇਆ ਗਿਆ, ਰਾਮ ਜੀ ਦੀ ਖੁਸ਼ੀ ਦੇ ਵਿੱਚ, ਰਾਮ ਜੀ ਦੇ ਮੰਦਿਰ ਜਿਹੜਾ ਬਣ ਰਿਹਾ ਹੈਗਾ ਅਯੋਧਿਆ ਦੀ ਖੁਸ਼ੀ ਦੇ ਵਿੱਚ, ਕਿਸ ਤਰੀਕੇ ਦੇ ਨਾਲ ਚੰਡੀਗੜ੍ਹ 'ਚ ਕਿੰਨਾ ਸੋਹਣਾ ਜਿਹੜਾ ਹੈਗਾ ਉਹ ਸਜਾਵਟ ਕੀਤੀ ਗਈ, ਕਿੰਨੇ ਸੋਹਣੇ ਤਰੀਕੇ ਨਾਲ ਦਿਖਾਇਆ ਗਿਆ, ਤੁਸੀਂ ਦੇਖ ਸਕਦੇ ਹੋ ਕਿ ਲੋਕ। ਪਰ ਇੱਕ ਚੀਜ਼ ਇਹ ਵੀ ਡੈਫੀਨੇਟਲੀ ਧਿਆਨ ਰੱਖਿਆ ਹੋਇਆ ਕਿ ਲੋਕਾਂ ਵਾਸਤੇ ਕੋਈ ਪ੍ਰੋਬਲਮ ਨਹੀਂ ਹੈਗੀ, ਲੋਕਾਂ ਦੇ ਆਉਣ ਜਾਣ ਵਾਸਤੇ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਬੜਾ ਹੀ ਆਰਾਮਦਾਰੀ, ਬੜਾ ਹੀ ਤਰੀਕੇ ਦੇ ਨਾਲ ਇਸ ਜਿਹੜੀ ਹੈਗੀ ਹੈ ਲਾਈਟਿੰਗ ਨੂੰ ਸਜਾਇਆ ਗਿਆ, ਤਾਂ ਕਿ ਜਿਹੜੇ ਲੋਕ ਆ ਰਹੇ ਨੇ, ਜਿਹੜੇ ਲੋਕ ਜਾ ਰਹੇ ਨੇ, ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ, ਕਿਤੇ ਆਸੇ ਪਾਸੇ ਕਿਤੇ ਗਲਤ ਜਗ੍ਹਾ 'ਤੇ ਲਾਈਟਿੰਗ ਨਹੀਂ ਚਲਾਈ ਹੋਈ, ਇੱਕ ਸੋਹਣੀ ਸੋਹਣੀ ਲੋਕੇਸ਼ਨਸ ਦੇਖ ਕੇ ਛੱਤ 'ਤੇ ਹੋ ਜਾਵੇ, ਚੌਂਕ 'ਤੇ ਹੋ ਜਾਵੇ, ਉੱਥੇ ਲਾਈਟਿੰਗ ਦਾ ਬੰਦੋਬਸਤ ਕੀਤਾ ਗਿਆ। ਪਰ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨਾ ਹੀ ਸੋਹਣਾ ਇਹ ਜਿਹੜਾ ਵਿਊ ਹੈਗਾ ਉਹ ਲੱਗ ਰਿਹਾ। ਮੈਂ ਜ਼ਰੂਰ ਚਾਹੂੰਗਾ ਆਪਣੇ ਕੈਮਰਾਮੈਨ ਨੂੰ ਕਿ ਆਪਾਂ ਹੁਣ ਅੱਗੇ ਵੀ ਚੱਲਦੇ ਹਾਂ, ਤਾਂ ਕਿ ਆਡੀਅੰਸ ਨੂੰ ਪਲ 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 ਅਸੀਂ ਇੱਕ ਇੱਕ ਇਕੱਲਾ ਇਕੱਲਾ ਚੌਂਕ ਟੱਪ ਕੇ ਦਿਖਾ ਸਕੀਏ ਕਿ ਐਕਚੁਅਲ 'ਚ ਚੰਡੀਗੜ੍ਹ ਅਯੋਧਿਆ ਦੀ ਖੁਸ਼ੀ ਦੇ ਵਿੱਚ ਕਿੰਨਾ ਸੋਹਣਾ ਇੱਥੇ ਲੱਗ ਰਿਹਾ। ਅਸੀਂ ਜ਼ਰੂਰ ਕਹਿੰਦੇ ਹਾਂ ਕਿ ਹੁਣ ਅੱਗੇ ਚੱਲਦੇ ਹਾਂ, ਆ ਜਾਓ। ਅਤੇ ਜੀ ਤੁਸੀਂ ਦੇਖ ਸਕਦੇ ਹੋ ਅੱਗ ਕਿਵੇਂ ਚੰਡੀਗੜ੍ਹ ਪੂਰਾ ਰਾਮ ਜੀ ਦੇ ਰੰਗਾਂ 'ਚ ਰੰਗ ਚੁੱਕਿਆ, ਜਗ੍ਹਾ ਜਗ੍ਹਾ 'ਤੇ ਲੋਕ ਵੀ ਤੁਸੀਂ ਦੇਖ ਪਾ ਰਹੇ ਹੋ ਕਿਸ ਤਰ੍ਹਾਂ ਰਾਮ ਜੀ ਦਾ ਜਿਹੜਾ ਝੰਡਾ ਹੈਗਾ ਹੈ ਨਾ, ਉਹਨੂੰ ਸੇਲ ਕਰ ਰਹੇ ਨੇ, ਉਹਨੂੰ ਇੱਕ ਯੂਨੋ ਲੋਕਾਂ ਨੂੰ ਦੇ ਰਹੇ ਨੇ, ਵੇਚ ਰਹੇ ਨੇ, ਇਹਦੇ ਨਾਲ ਉਹਨਾਂ ਰੁਜ਼ਗਾਰ ਵੀ ਚਲੋ ਬੇਸ਼ੱਕ ਵਧਾ ਰਹੇ ਨੇ, ਪਰ ਇੱਥੋਂ ਇਹ ਦੇਖਿਆ ਜਾਂਦਾ ਕਿ
ਕਿਵੇਂ ਲੋਕਾਂ ਦੀ ਜਿਹੜੀ ਭਾਵਨਾ ਹੈਗੀ ਹੈ ਉਹ ਬਿਲਕੁਲ ਸੱਚੀ ਸੁੱਚੀ ਹੈ, ਵੀ ਲੋਕ ਕਿਵੇਂ ਇਸ ਟਾਈਮ ਪੂਰੇ ਖੁਸ਼ ਨਜ਼ਰ ਆ ਰਹੇ ਨੇ। ਅਸੀਂ ਇਸ ਟਾਈਮ ਬੱਤੀ ਦੀਆਂ ਲਾਈਟਾਂ 'ਤੇ ਖੜ੍ਹੇ ਹੋਏ ਹਾਂ, ਆਹ ਤੁਸੀਂ ਦੇਖ ਸਕਦੇ ਹੋ ਬੱਤੀ ਵਾਲਾ ਚੌਂਕ ਵੀ ਕਿਵੇਂ ਪੂਰਾ ਸਜਾਇਆ ਹੋਇਆ ਇਹਨਾਂ ਦੇ ਰੰਗੀਨ ਲਾਈਟਾਂ ਦੇ ਨਾਲ। ਤੁਸੀਂ ਖੂਬਸੂਰਤੀ ਦੇਖ ਪਾ ਰਹੇ ਹੋ ਚੰਡੀਗੜ੍ਹ ਦੀ, ਜਿੱਥੇ ਹਰ ਤਿਉਹਾਰ ਹਰ ਚੀਜ਼ ਵੱਡੇ ਵੱਡੇ ਸ਼ਹਿਰਾਂ 'ਚ ਮਨਾਈ ਜਾਂਦੀ ਹੈ ਆਪਣੇ ਇੰਡੀਆ ਦੇ ਵਿੱਚ, ਉੱਥੇ ਹੀ ਰਾਮ ਜੀ ਦਾ ਜੋ ਕਿ ਅਯੋਧਿਆ ਦੇ ਵਿੱਚ ਜੋ ਕਿ ਹੈ ਨਾ ਉਹਨਾਂ ਦਾ ਜਿਹੜਾ ਮੰਦਿਰ ਬਣਿਆ ਉਹਦੀ ਵੀ ਜਿੱਥੇ ਖੁਸ਼ੀ ਪੂਰੇ ਦੇਸ਼ 'ਚ ਇੱਕ ਚੰਗੇ ਤਰੀਕੇ ਨਾਲ ਜਗ੍ਹਾ ਜਗ੍ਹਾ 'ਤੇ ਹਰ ਥਾਂ ਥਾਂ 'ਤੇ ਮਨਾਈ ਜਾ ਰਹੀ ਹੈ ਲੋਕਾਂ ਦੇ ਝੰਡਿਆਂ ਤੋਂ ਲੈ ਕੇ। ਭਾਵੇਂ ਹਰ ਚੰਡੀਗੜ੍ਹ ਦੇ ਸੈਕਟਰ ਦੇ ਚੌਂਕਾਂ ਦੀ ਗੱਲ ਕਰ ਲਈਏ ਤਾਂ ਬੜਾ ਹੀ ਰੰਗੀਨ ਇਸ ਟਾਈਮ ਚੰਡੀਗੜ੍ਹ ਬਣਿਆ ਹੋਇਆ, ਐਂਡ ਹਰ ਇੱਕ ਇਨਸਾਨ ਨੂੰ ਖੁਸ਼ੀ ਹੈ ਕਿ ਹੈ ਨਾ ਇਸ ਚੀਜ਼ ਦੀ ਕਿ ਅਯੋਧਿਆ ਦੇ ਵਿੱਚ ਫਾਈਨਲੀ 41 ਸਾਲ ਤੋਂ ਬਾਅਦ ਰਾਮ ਜੀ ਦਾ ਜਿਹੜਾ ਉਹ ਮੰਦਿਰ ਹੈਗਾ ਉਹ ਬਣਿਆ ਹੈ। 22 ਤਰੀਕ ਨੂੰ ਉਹਦੀ ਯੂ ਨੋ 22 ਤਰੀਕ ਨੂੰ ਫਾਈਨਲੀ ਉਸ ਮੰਦਿਰ ਦਾ ਉਦਘਾਟਨ ਜਿਹੜਾ ਹੈਗਾ ਉਹ ਹੋ ਜਾਣਾ ਹੈਗਾ ਰਾਮ ਜੀ ਦੀ ਕਿਰਪਾ ਦੇ ਨਾਲ। ਤਾਂ ਹਰ ਇੱਕ ਚਿਹਰੇ ਹਰ ਇੱਕ ਇਨਸਾਨ ਦੇ ਚਿਹਰੇ 'ਤੇ ਇੱਕ ਅਲੱਗ ਹੀ ਖੁਸ਼ੀ ਹੈ। ਲੋਕ ਹਰ ਕਿਸੇ ਕਿਸੇ ਤਰੀਕੇ ਨਾਲ ਜਿਹੜੇ ਅਯੋਧਿਆ ਨਹੀਂ ਜਾ ਸਕਦੇ ਉਹ ਘਰ ਵਿੱਚ ਰਾਮ ਜੀ ਨੂੰ ਧਿਆਉਣਗੇ, ਉਹਨਾਂ ਨੂੰ ਪੂਜਣਗੇ, ਉਹਨਾਂ ਦਾ ਜਾਪ ਕਰਨਗੇ। ਪਰ ਇਸ ਟਾਈਮ ਅਸੀਂ ਰਾਤ ਦਾ ਵੇਲਾ ਸਾਨੂੰ ਦਿਖਾਉਣ ਦਾ ਬੇਸਿਕਲੀ ਪਰਪਸ ਇਹ ਸੀਗਾ ਕਿ ਰਾਤ ਦੇ ਸਮੇਂ 'ਚ ਲਾਈਟਿੰਗ ਦੀ ਤਿਆਰੀ, ਦਿਨੇ 'ਚ ਵੀ ਤੁਹਾਨੂੰ ਚੰਗੇ ਤਰੀਕੇ ਨਾਲ ਨਜ਼ਰ ਆਉਂਦੀ ਹੈ ਪਰ ਰਾਤ ਨੂੰ ਜਦੋਂ ਲਾਈਟਾਂ ਬਲਦੀਆਂ ਨੇ ਤਾਂ ਖੂਬਸੂਰਤੀ ਹੋਰ ਜ਼ਿਆਦਾ ਵੱਧ ਜਾਂਦੀ ਹੈ। ਨਾਲੇ ਜਿਹੜੇ ਤਰੀਕੇ ਨਾਲ ਜੈ ਸ਼੍ਰੀ ਰਾਮ ਲਿਖਿਆ ਹੋਇਆ ਨਾ ਚੌਂਕਾਂ 'ਤੇ, ਮੇਰੇ ਖਿਆਲ ਤੋਂ ਇਹ ਬਹੁਤ ਹੀ ਜ਼ਿਆਦਾ ਖਿੱਚ ਦਾ ਕੇਂਦਰ ਬਣਦੀ ਹੈ ਸਪੈਸ਼ਲੀ ਕਿ ਬੰਦਾ ਹੋਰ ਜ਼ਿਆਦਾ ਅਟਰੈਕਟਿਵ ਹੁੰਦਾ ਇਹਨਾਂ ਚੀਜ਼ਾਂ ਨੂੰ ਦੇਖ ਕੇ। ਆਹ ਤੁਸੀਂ ਲਾਈਟਿੰਗ ਪੂਰੀ ਦੇਖ ਪਾ ਰਹੇ ਹੋ, ਅਸੀਂ ਇਸ ਟਾਈਮ ਗੱਡੀ ਵਿੱਚ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਕਲੀਅਰ ਤੁਹਾਨੂੰ ਅਸੀਂ ਵਿਜ਼ੂਅਲਸ ਜਿਹੜੇ ਹੈਗੇ ਨੇ ਉਹ ਤੁਹਾਨੂੰ ਦਿਖਾ ਸਕੀਏ। ਆਹ ਤੁਸੀਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਇਹ ਚੌਂਕ ਪੂਰਾ ਸਜਿਆ ਹੋਇਆ ਹੈਗਾ ਬੱਤੀ ਦੀਆਂ ਲਾਈਟਾਂ 'ਤੇ ਅਸੀਂ ਖੜ੍ਹੇ ਸੀਗੇ। ਅਤੇ ਹੁਣ ਅਸੀਂ ਅੱਗੇ ਅੱਗੇ ਵੱਧਦੇ ਜਾਂਦੇ ਹਾਂ, ਤੁਹਾਨੂੰ ਪੂਰਾ ਚੰਡੀਗੜ੍ਹ ਦਾ ਟੂਰ ਕਰਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਪੂਰਾ ਚੰਡੀਗੜ੍ਹ ਸਜਿਆ ਹੋਇਆ। ਇਹ ਬਹੁਤ ਦੇਖਣ ਵਾਲੀ ਚੀਜ਼ ਹੈ। ਤਾਂ ਅੱਗੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਬਸ ਫੋਕਸ ਤੁਸੀਂ ਕਰਕੇ ਰੱਖੋ ਤਾਂ ਕਿ ਜਦੋਂ ਤੱਕ ਅਸੀਂ ਅਗਲੇ ਚੌਂਕ 'ਤੇ ਅਸੀਂ ਪਹੁੰਚਦੇ ਹਾਂ ਤਾਂ ਸਾਨੂੰ ਹੋਰ ਜਿਹੜੀ ਹੈਗੀ ਖੂਬਸੂਰਤੀ ਦਿਖੇ। ਤਾਂ ਇਸ ਟਾਈਮ ਐਕਚੁਅਲ 'ਚ ਅਸੀਂ ਵਿਊਅਰਸ ਨੂੰ ਆਪਣੇ ਦਿਖਾਉਣਾ ਚਾਹੁੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੂਰਾ ਚੰਡੀਗੜ੍ਹ ਜਿਹੜਾ ਹੈਗਾ ਸਜਿਆ ਹੋਇਆ, ਹਰ ਇੱਕ ਚੌਂਕ ਰਾਮ ਜੀ ਦੇ ਰੰਗਾਂ 'ਚ ਪੂਰਾ ਰੰਗਿਆ ਹੋਇਆ, ਹਰ ਇੱਕ ਇਨਸਾਨ ਜਿਹੜਾ ਹੈਗਾ ਉਹ ਆਪਣੀ ਖੁਸ਼ੀ ਜ਼ਾਹਿਰ ਕਰ ਰਿਹਾ, ਘਰ ਬੈਠ ਕੇ ਕਰ ਰਿਹਾ, ਭਾਵੇਂ ਸਜਾਵਟਾਂ ਦੇ ਨਾਲ ਕਰ ਰਿਹਾ। ਇਹ ਪਹੁੰਚ ਚੁੱਕੇ ਹਾਂ ਜੀ ਅਸੀਂ ਬੱਤੀ ਵਾਲੇ ਚੌਂਕ 'ਤੇ, ਮਤਲਬ ਨੇੜੇ ਹੀ ਆ ਬੱਤੀ ਵਾਲੇ ਚੌਂਕ ਦੇ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੱਤੀ ਵਾਲੇ ਚੌਂਕ ਦੀ ਸਜਾਵਟ ਕੀਤੀ ਗਈ ਹੈ। ਇਹ ਇਕੱਲੇ ਬੱਤੀ ਵਾਲੇ ਚੌਂਕ ਦੀ ਗੱਲ ਨਹੀਂ ਹੈਗੀ, ਪੂਰੇ ਚੰਡੀਗੜ੍ਹ 'ਚ ਹਰ ਇੱਕ ਚੌਂਕ ਨੂੰ ਬੜਾ ਹੀ ਬਖੂਬੀ ਤਰੀਕੇ ਨਾਲ ਸਜਾਇਆ ਗਿਆ। ਰਾਮ ਜੀ ਦੇ ਰੰਗਾਂ ਦੇ ਵਿੱਚ ਪੂਰਾ ਚੰਡੀਗੜ੍ਹ ਇਸ ਟਾਈਮ ਰੰਗ ਚੁੱਕਿਆ। ਤੁਸੀਂ ਦੇਖ ਪਾ ਰਹੇ ਹੋ ਬੱਤੀ ਦੇ ਚੌਂਕ 'ਚ ਜਿਹੜੀਆਂ ਜਿਹੜੇ ਚੌਂਕ ਦੀ ਲਾਈਟਿੰਗ ਕੀਤੀ ਗਈ ਹੈ ਕਿੰਨੀ ਸੋਹਣੀ ਲਾਈਟਿੰਗ ਕੀਤੀ ਗਈ ਹੈ। ਅਤੇ ਚੰਡੀਗੜ੍ਹ ਦਾ ਜਿਹੜਾ ਮਤਲਬ ਕਿ ਕਹਿੰਦੇ ਨੇ ਕਿ ਚੰਡੀਗੜ੍ਹ ਦਾ ਮੋਸਟ ਬਿਊਟੀਫੁਲ ਸਿਟੀ, ਮੇਰੇ ਖਿਆਲ ਤੋਂ ਇਹ ਲਾਈਟਿੰਗ ਕਰਕੇ ਰਾਮ ਜੀ ਦੀ ਜਿਹੜੀ ਖੁਸ਼ੀ ਹੈਗੀ ਹੈ ਉਹ ਦੇਖ ਕੇ, ਜੈ ਸ਼੍ਰੀ ਰਾਮ ਦੇਖੋ ਜਿਵੇਂ ਲਿਖਿਆ ਹੋਇਆ ਉਹ ਦੇਖ ਕੇ ਚੰਡੀਗੜ੍ਹ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾ ਦਿੱਤਾ ਗਿਆ। ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਤਰੀਕੇ ਦੇ ਨਾਲ ਲਾਈਟਿੰਗ ਕੀਤੀ ਗਈ ਹੈ। ਮਲਟੀ ਲਾਈਟਿੰਗ ਤੁਸੀਂ ਦੇਖ ਪਾ ਰਹੇ ਹੋ, ਗ੍ਰੀਨ ਯੈਲੋ ਦੇ ਵਿੱਚ ਕਿਸ ਤਰੀਕੇ ਦੇ ਨਾਲ ਖੇਲਿਆ ਗਿਆ ਸਪੈਸ਼ਲੀ ਲਾਈਟਿੰਗ ਦੇ ਪੱਖੋਂ। ਅਤੇ ਤੁਸੀਂ ਦੇਖ ਪਾ ਰਹੇ ਹੋ ਕਿ ਜਿਵੇਂ ਅਸੀਂ ਜ਼ਰੂਰ ਕਹਾਂਗੇ ਅਸੀਂ ਇੱਕ ਅੱਧਾ ਚੌਂਕ ਹੋਰ ਤੁਹਾਨੂੂੰ ਦਿਖਾਵਾਂਗੇ, ਮਤਲਬ ਕਿ ਦਿਖਾਵਾਂਗੇ ਅਸੀਂ ਤੁਹਾਨੂੰ ਚੰਡੀਗੜ੍ਹ ਦਾ ਆਲਮੋਸਟ ਤੁਹਾਨੂੰ ਟੂਰ ਅਸੀਂ ਕਰਾਵਾਂਗੇ ਜਿੱਥੇ ਤੁਸੀਂ ਐਕਚੁਅਲ 'ਚ ਦੇਖ ਪਾ ਰਹੇ ਹੋ। ਆਹ ਤੁਸੀਂ ਦੇਖ ਪਾ ਰਹੇ ਹੋ ਕਿ ਇਸ ਉੱਧਰਲੀ ਸਾਈਡ ਵੀ ਓਪੋਜ਼ਿਟ ਸਾਈਡ ਵੀ
ਲਾਈਟਿੰਗ ਦਾ ਤੁਸੀਂ ਨਜ਼ਾਰਾ ਇੱਕ ਵਾਰ ਦੇਖ ਪਾ ਰਹੇ ਹੋ ਕਿ ਮੈਂ ਆਪਣੇ ਕੈਮਰਾਮੈਨ ਕਹੂੰਗਾ ਜ਼ਰੂਰ ਇੱਕ ਵਾਰ ਉੱਧਰ ਫੋਕਸ ਕਰੋ ਮਾੜਾ ਜਿਹਾ ਕਿ ਕਿੰਨੀ ਸੋਹਣੇ ਤਰੀਕੇ ਨਾਲ ਉੱਧਰ ਵੀ ਲਾਈਟਿੰਗ ਕੀਤੀ ਗਈ ਹੈ। ਆ ਤੁਸੀਂ ਦੇਖ ਪਾ ਰਹੇ ਹੋ ਇਹ ਬੱਤੀ ਵਾਲੇ ਚੌਂਕ ਤੋਂ ਜਦੋਂ ਅਸੀਂ ਜਾਂਦੇ ਹਾਂ ਇਹ ਬੱਤੀ ਵਾਲੇ ਚੌਂਕ ਨੂੰ ਜਦੋਂ ਅਸੀਂ ਨਿਕਲਦੇ ਹਾਂ ਅੱਗੇ ਵੱਲ ਨੂੰ ਤਾਂ ਤੁਸੀਂ ਇਹ ਲਾਈਟਿੰਗ ਦੇਖ ਪਾ ਰਹੇ ਹੋ ਕਿ ਕਿੰਨੀ ਸੋਹਣੀ ਇਹ ਲਾਈਟਿੰਗ ਲੱਗ ਰਹੀ ਹੈ। ਪਰ ਹੁਣ ਮੈਂ ਡਰਾਈਵਰ ਨੂੰ ਵੀ ਕਹੂੰਗਾ ਮਾੜਾ ਜਿਹਾ ਗੱਡੀ ਮਾੜਾ ਜਿਹਾ ਤੇਜ਼ ਚਲਾਓ ਤਾਂ ਕਿ ਸਾਡੀ ਆਡੀਅੰਸ ਜਿਹੜੀ ਹੈਗੀ ਹੈ ਉਹ ਸਾਰੇ ਚੌਂਕਸ ਨੂੰ ਜਲਦੀ ਦੇਖ ਸਕੇ। ਜਲਦੀ ਇਨ ਦਾ ਸੈਂਸ ਕਿ ਅਸੀਂ ਜਿਹੜੀ ਖਾਲੀ ਰੋਡ ਹੈਗੀ ਹੈ ਜਾਂ ਕਿਤੇ ਹੈਗੀ ਹੈ ਇਸ ਰੋਡ ਨੂੰ ਕ੍ਰੋਸ ਕਰਕੇ ਅਸੀਂ ਉਹਨਾਂ ਨੂੰ ਦਿਖਾਵਾਂਗੇ ਤਾਂ ਕਿ ਇਕੱਲਾ ਚੌਂਕ ਦਾ ਨਜ਼ਾਰਾ ਸਾਡੀ ਆਡੀਅੰਸ ਘੱਟੋ ਘੱਟ ਦੇਖ ਸਕੇ। ਇਹ ਐਕਚੁਅਲ 'ਚ ਜੀ ਚੰਡੀਗੜ੍ਹ ਹੈ ਜਿੱਥੇ ਸੋਹਣੀ ਸੋਹਣੀ ਚੀਜ਼ਾਂ ਕਰਕੇ ਇੱਕ ਇਹ ਵੀ ਚੀਜ਼ ਹੁੰਦੀ ਹੈ ਨਾ, ਪਲੱਸ ਪੁਆਇੰਟ ਇਹ ਵੀ ਹੁੰਦਾ ਕਿ ਜਿੱਥੇ ਲੋਕ ਇੰਨੀ ਵੱਡੀਆਂ ਵੱਡੀਆਂ ਖੁਸ਼ੀਆਂ ਮਨਾਉਂਦੇ ਨੇ, ਭਾਵੇਂ ਘਰ ਕੋਈ ਫੰਕਸ਼ਨ ਹੋਵੇ, ਦਿਵਾਲੀ ਹੋਵੇ ਜਾਂ ਕੋਈ ਵੀ ਘਰ ਸੈਲੀਬ੍ਰੇਸ਼ਨ ਕਰਨੀ ਹੋਵੇ, ਉਸ ਤਰੀਕੇ ਨੂੰ ਲੋਕ ਇੰਨੀ ਬਖੂਬੀ ਤਰੀਕੇ ਨਾਲ ਮਨਾਉਂਦੇ ਨੇ। ਪਰ ਸਪੈਸ਼ਲੀ ਗੱਲ ਇਹ ਵੀ ਆ ਕਿ ਸਭ ਤੋਂ ਵੱਡੀ ਗੱਲ ਆ ਇਹ ਕਿ ਚੰਡੀਗੜ੍ਹ ਵਿੱਚ ਕਿਸ ਤਰੀਕੇ ਦੇ ਨਾਲ ਇਸ ਤਿਉਹਾਰ ਹੀ ਇੱਕ ਤਰ੍ਹਾਂ ਦਾ ਅਸੀਂ ਤਾਂ ਕਹਾਂਗੇ ਕਿ ਜਿਸ ਜਿਵੇਂ ਅਯੋਧਿਆ ਦੇ ਵਿੱਚ ਰਾਮ ਮੰਦਿਰ ਬਣ ਰਿਹਾ ਹੈ, ਇਹ ਪੂਰੇ ਦੇਸ਼ ਦੇ ਵਿੱਚ ਹਰ ਇੱਕ ਜਗ੍ਹਾ ਦੇ ਵਿੱਚ ਬਖੂਬੀ ਤਰੀਕੇ ਨਾਲ ਮਨਾਇਆ ਜਾ ਰਿਹਾ। ਤੁਸੀਂ ਦੇਖ ਪਾ ਰਹੇ ਹੋ ਕਿ ਕਿਵੇਂ ਇਸ ਚੌਂਕ ਨੂੰ ਵੀ ਜਦੋਂ ਅਸੀਂ ਬੱਤੀ ਦੇ ਚੌਂਕ ਵੱਲ ਨੂੰ ਅੱਗੇ ਆਉਂਦੇ ਹਾਂ ਤਾਂ ਇਸ ਚੌਂਕ ਨੂੰ ਵੀ ਕਿੰਨਾ ਬਖੂਬੀ ਤਰੀਕੇ ਨਾਲ ਸਜਾਇਆ ਗਿਆ। ਹਾਲੇ ਲਾਈਟਿੰਗ ਹੋਈ ਹੈ ਫਿਲਹਾਲ, ਪਰ ਲਾਈਟਿੰਗ ਦੇ ਵਿੱਚ ਵੀ ਚੌਂਕ ਦੀ ਖੂਬਸੂਰਤੀ ਜਿਹੜੀ ਹੈਗੀ ਹੈ ਉਹ ਜਦੋਂ ਅਸੀਂ ਰੋਕ ਕੇ ਦੇਖਦੇ ਹਾਂ ਤਾਂ ਚੌਂਕ ਹੋਰ ਜ਼ਿਆਦਾ ਖੂਬਸੂਰਤ ਲੱਗਦਾ। ਮੇਰੇ ਖਿਆਲ ਤੋਂ ਚੰਡੀਗੜ੍ਹ ਦਾ ਐਸਾ ਨਜ਼ਾਰਾ ਅੱਜ ਤੱਕ ਸ਼ਾਇਦ ਹੀ ਕਿਸੇ ਨੇ ਦੇਖਿਆ ਹੋਵੇ, ਕਿਉਂਕਿ ਰਾਮ ਜੀ ਦੇ ਰੰਗਾਂ ਦੇ ਵਿੱਚ ਜਿਸ ਤਰੀਕੇ ਨਾਲ ਚੰਡੀਗੜ੍ਹ ਰੰਗਿਆ ਹੋਇਆ ਨਾ ਤਾਂ ਵਾਰ ਵਾਰ ਦਿਲ ਕਰਦਾ ਕਿ ਅਸੀਂ ਦੇਖੀਏ। ਨਾਲੇ ਇਹ ਜਿਹੜਾ ਟਾਈਮ ਪੀਰੀਅਡ ਹੈ ਨਾ, 22 ਤਰੀਕ ਤੋਂ ਪਹਿਲਾਂ ਦਾ ਜਿਹੜਾ ਸਮਾਂ ਆ, ਉਹ ਸਮਾਂ ਐਕਚੁਅਲ 'ਚ ਹਰ ਕਿਸੇ ਵਾਸਤੇ ਦੇਖਣ ਵਾਲਾ, ਪਰ ਕਈ ਲੋਕ ਚਲੋ ਘਰੋਂ ਨਹੀਂ ਬਾਹਰ ਨਿਕਲ ਸਕਦੇ, ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪਣੇ ਵਿਊਅਰਸ ਤੱਕ ਇਹ ਟੂਰ ਦਿਖਾਉਣ ਦੀ, ਇਹ ਟੂਰ ਕਰਾਉਣ ਦੀ ਕਿ ਉਹ ਘਰ ਬੈਠੇ ਇਹ ਚੰਡੀਗੜ੍ਹ ਦਾ ਟੂਰ ਐਕਚੁਅਲ 'ਚ ਦੇਖ ਸਕਣ, ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਚੌਂਕ ਜਿਹੜੇ ਹੈਗੇ ਨੇ ਉਹ ਸਜੇ ਹੋਏ ਨੇ, ਉਹਨਾਂ ਨੂੰ ਦੇਖ ਸਕਣ, ਤਾਂ ਤੁਸੀਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ। ਪਰ ਇਹਦੇ ਵਿੱਚ ਇਹ ਵੀ ਚੀਜ਼ ਦਾ ਖਿਆਲ ਪੂਰਾ ਰੱਖਿਆ ਗਿਆ ਕਿ ਚੰਡੀਗੜ੍ਹ 'ਚ ਕਿਤੇ ਐਸੀ ਵੈਸੀ ਜਗ੍ਹਾ 'ਤੇ ਲਾਈਟਿੰਗ ਨਹੀਂ ਕੀਤੀ ਗਈ ਜਿੱਥੇ ਲੋਕਾਂ ਨੂੰ ਆਉਣ ਜਾਣ 'ਚ ਦਿੱਕਤ ਹੋਵੇ। ਲਾਈਟਿੰਗ ਪੂਰੀ ਸੋਚ ਸਮਝ ਕੇ ਕੀਤੀ ਗਈ ਹੈ, ਚੌਂਕ 'ਤੇ ਕੀਤੀ ਗਈ ਹੈ ਜਾਂ ਕਿਸੇ ਪ੍ਰਾਈਮ ਲੋਕੇਸ਼ਨ 'ਤੇ ਕੀਤੀ ਗਈ ਹੈ ਜਿੱਥੇ ਤੁਹਾਨੂੰ ਕਰਾਊਡ ਦਾ ਆਉਣਾ ਜਾਣਾ ਦਿੱਕਤ ਨਾ ਕਰੇ, ਤੰਗ ਨਾ ਹੋਵੇ, ਜਿੱਥੇ ਕਰਾਊਡ ਨੂੰ ਕੋਈ ਦਿੱਕਤ ਨਾ ਹੋਵੇ ਜਾਂ ਲਾਈਟਿੰਗ ਨੂੰ ਵੀ ਕੋਈ ਇਫੈਕਟ ਨਾ ਪਵੇ। ਤਾਂ ਤੁਸੀਂ ਦੇਖ ਪਾ ਰਹੇ ਹੋ ਕਿਵੇਂ ਜੈ ਸ਼੍ਰੀ ਰਾਮ ਦੇ ਨਾਲ ਚੌਂਕ ਦਾ ਜਿਹੜਾ ਹੈਗਾ ਉਹ ਜਿਹੜਾ ਮੇਨ ਜਿਹੜਾ ਚੌਂਕ ਦਾ ਪੁਆਇੰਟ ਹੁੰਦਾ ਹੈਗਾ ਜੈ ਸ਼੍ਰੀ ਰਾਮ ਉੱਥੇ ਲਿਖਿਆ ਹੋਇਆ, ਉਸ ਉਹਨੂੰ ਦੇਖ ਕੇ ਇੱਕ ਜਿਹੜੀ ਹੈਗੀ ਐਂਟਰੀ ਹੁੰਦੀ ਹੈ ਚੌਂਕ ਵੱਲ ਨੂੰ ਲੋਕ ਆਉਂਦੇ ਨੇ। ਤਾਂ ਇਹ ਜੈ ਸ਼੍ਰੀ ਰਾਮ ਦਾ ਜਿਹੜਾ ਬੋਰਡ ਹੈਗਾ ਹੈ, ਜਿਹੜਾ ਇਹ ਨਾਂ ਲਿਖਿਆ ਗਿਆ ਜੈ ਸ਼੍ਰੀ ਰਾਮ, ਇਹ ਚਾਰੋਂ ਪਾਸੇ ਲਿਖਿਆ ਗਿਆ, ਮਤਲਬ ਕਿ ਲੈਫਟ ਰਾਈਟ ਅਤੇ ਟੋਪ ਅਤੇ ਬੋਟਮ 'ਚ ਵੀ, ਅੱਗੇ ਪਿੱਛੇ ਅਤੇ ਸੱਜੇ ਖੱਬੇ ਸਾਰਿਆਂ ਪਾਸੇ ਜੈ ਸ਼੍ਰੀ ਰਾਮ ਲਿਖਿਆ ਗਿਆ। ਤਾਂ ਇਸ ਚੌਂਕ ਦਾ ਅਗਰ ਅਸੀਂ ਰਾਊਂਡ ਮਾਰਦੇ ਹਾਂ ਨਾ ਤਾਂ ਇਹ ਖੂਬਸੂਰਤੀ ਹੋਰ ਜ਼ਿਆਦਾ ਬੜੀ ਸੋਹਣੀ ਲੱਗਦੀ ਹੈ ਕਿ ਕਿਹੜੇ ਤਰੀਕੇ ਦੇ ਨਾਲ ਇਸ ਚੌਂਕ ਨੂੰ ਵੀ ਬਣਾਇਆ ਗਿਆ। ਤਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਵੇਂ ਅੱਗੇ ਤੋਂ ਅੱਗੇ, ਇੱਕ ਵਾਰ ਮੈਂ ਚਾਹੂੰਗਾ ਉੱਧਰ ਵੀ ਥੋੜ੍ਹਾ ਜਿਹਾ ਨਿਗਾਹ ਮਾਰੋ ਕਿ ਜਿਵੇਂ ਉੱਧਰ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਜ਼ਰਾ ਉੱਧਰ ਫੋਕਸ ਕਰੋ, ਜਿਹੜਾ ਵੇਅਰ ਹਾਊਸਿੰਗ ਕੋਪਰੇਸ਼ਨ ਦੇ ਕੋਲ ਜਿਹੜਾ ਭਾਰਤੀ ਨਿਗਮ ਫੂਡ ਕੋਪਰੇਸ਼ਨ ਜਿਹੜਾ ਇੱਕ ਆਫਿਸ ਹੈਗਾ ਉਹਨੂੰ ਵੀ ਤਿਰੰਗੇ ਦੇ ਕਲਰ ਵਿੱਚ, ਤਿਰੰਗੇ ਦੇ ਕਲਰ 'ਚ ਨਾ ਨਹੀਂ ਖੈਰ, ਪਰ ਔਰੇਂਜ ਬਲੂ ਅਤੇ ਗ੍ਰੀਨ ਦੇ ਕਲਰ ਵਿੱਚ ਰੰਗਿਆ ਗਿਆ। ਜਿਵੇਂ ਇਹ ਸਰਕਾਰੀ ਜਿਹੜੇ ਆਫਿਸ ਹੈਗੇ ਨੇ ਇਹਨਾਂ ਨੂੰ ਵੀ ਬੜਾ ਬਖੂਬੀ ਤਰੀਕੇ ਨਾਲ ਸਜਾਇਆ ਗਿਆ, ਬੜਾ ਹੀ ਸੋਹਣਾ ਲੱਗ ਰਿਹਾ। ਮੇਰੇ ਖਿਆਲ ਤੋਂ ਇਹ ਲਾਈਟਿੰਗ ਨਾ ਕਿਤੇ ਸਿਮਿਲਰ ਹੈ, ਕਿਉਂਕਿ ਔਰੇਂਜ ਗ੍ਰੀਨ ਅਤੇ ਬਲੂ ਲਾਈਟਿੰਗ ਹੀ ਬੇਸਿਕਲੀ ਚੰਡੀਗੜ੍ਹ ਦੇ ਹਰ ਇੱਕ ਚੌਂਕ 'ਚ ਕੀਤੀ ਗਈ ਹੈ। ਇਸ ਮਲਟੀ ਕਲਰ ਦੇ ਨਾਲ ਖੇਲਿਆ ਗਿਆ ਤਾਂ ਕਿ ਜਿਹੜੀ ਖੂਬਸੂਰਤੀ ਹੈਗੀ ਆ ਉਹ ਮਲਟੀ ਕਲਰ ਦੇ ਨਾਲ ਹੋਰ ਵੀ ਜ਼ਿਆਦਾ ਸੋਹਣੀ ਲੱਗ ਸਕੇ, ਹੋਰ ਵੀ ਜ਼ਿਆਦਾ
ਉਹ ਖਿੱਚ ਦਾ ਕੇਂਦਰ ਬਣ ਸਕੇ, ਤਾਂ ਤੁਸੀਂ ਦੇਖ ਪਾ ਰਹੇ ਹੋ ਕਿ ਰੋਡਸ ਦੇ ਵਿੱਚ ਜਦੋਂ ਅਸੀਂ ਇੱਕ ਰੋਡ ਨੂੰ ਇੱਕ ਚੌਂਕ ਨੂੰ ਕ੍ਰੋਸ ਕਰਕੇ ਦੂਜੇ ਚੌਂਕ ਵੱਲ ਜਾਂਦੇ ਹਾਂ, ਤਾਂ ਹਰ ਚੌਂਕ 'ਤੇ ਸਾਨੂੰ ਇਹ ਜਿਹੜਾ ਦ੍ਰਿਸ਼ ਹੈਗਾ, ਇਹ ਜਿਹੜਾ ਵਿਊ ਹੈਗਾ, ਇਹ ਜੈ ਸ਼੍ਰੀ ਰਾਮ ਬਾਰੇ, ਜਿਹੜਾ ਸ਼੍ਰੀ ਰਾਮ ਜੀ ਦੇ ਜਿਹੜੇ ਮੰਦਿਰ ਬਾਰੇ ਸਜਾਇਆ ਗਿਆ, ਕਿ ਉਹ ਸਾਰਾ ਕਿਸ ਸੋਹਣੇ ਤਰੀਕੇ ਨਾਲ ਦਿਖਾਇਆ ਗਿਆ, ਤਾਂ ਤੁਸੀਂ ਦੇਖ ਪਾ ਰਹੇ ਹੋ ਕਿ ਅਗਲੇ ਚੌਂਕ ਵੱਲ ਜਦੋਂ ਵੱਧਦੇ ਹਾਂ ਤਾਂ ਅਸੀਂ ਦੂਰੋਂ ਹੀ ਚੌਂਕ ਦਾ ਜਿਹੜਾ ਇੱਕ ਦ੍ਰਿਸ਼ ਹੈਗਾ ਉਹ ਦੂਰੋਂ ਹੀ ਸਾਨੂੰ ਦੇਖਣ ਲੱਗ ਜਾਣਾ, ਦੂਰੋਂ ਹੋਰ ਵੀ ਜ਼ਿਆਦਾ ਖੂਬਸੂਰਤ ਲੱਗਦਾ। ਜਦੋਂ ਅਸੀਂ ਕੋਲ ਜਾਂਦੇ ਹਾਂ ਉਦੋਂ ਤਾਂ ਇਹ ਖੂਬਸੂਰਤ ਲੱਗਦਾ ਹੀ ਲੱਗਦਾ, ਬਟ ਜਦੋਂ ਅਸੀਂ ਦੂਰੋਂ ਦੇਖ ਦੇਖ ਕੇ ਹੌਲੀ 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 ਉਹਨਾਂ ਦੇ ਨੇੜੇ ਜਾਂਦੇ ਹਾਂ ਚੌਂਕ ਦੇ, ਤਾਂ ਇਹ ਚੌਂਕ ਹੋਰ ਵੀ ਜ਼ਿਆਦਾ ਖੂਬਸੂਰਤ ਲੱਗਣ ਲੱਗ ਜਾਂਦਾ। ਤਾਂ ਤੁਸੀਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਇਸ ਚੌਂਕ ਦੀ ਵੀ ਲਾਈਟਿੰਗ ਬੜੇ ਹੀ ਬਾਖੂਬੀ ਤਰੀਕੇ ਨਾਲ ਕੀਤੀ ਗਈ ਹੈ। ਤਾਂ ਤੁਸੀਂ ਦੇਖ ਪਾ ਰਹੇ ਹੋ ਇਹ ਬੇਸਿਕਲੀ ਟ੍ਰਿਬਿਊਨ ਚੌਂਕ ਹੈ, ਇਹ ਹੁਣ ਅਸੀਂ ਪਹੁੰਚ ਚੁੱਕੇ ਟ੍ਰਿਬਿਊਨ ਚੌਂਕ। ਟ੍ਰਿਬਿਊਨ ਚੌਂਕ ਦਾ ਜਿਹੜਾ ਨਜ਼ਾਰਾ ਹੈਗਾ ਇਹ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਟ੍ਰਿਬਿਊਨ ਚੌਂਕ ਨੂੰ ਵੀ ਸਜਾਇਆ ਗਿਆ, ਕਿਉਂਕਿ ਚੰਡੀਗੜ੍ਹ ਦਾ ਮੇਨ ਮੰਨਿਆ ਜਾਂਦਾ ਟ੍ਰਿਬਿਊਨ ਚੌਂਕ, ਅਤੇ ਟ੍ਰਿਬਿਊਨ ਚੌਂਕ ਦੀ ਲਾਈਟਿੰਗ ਹੋਰ ਵੀ ਜ਼ਿਆਦਾ ਖੂਬਸੂਰਤ ਤਰੀਕੇ ਨਾਲ ਕੀਤੀ ਗਈ ਹੈ। ਮੇਰੇ ਖਿਆਲ ਤੋਂ ਹਰ ਇੱਕ ਚੌਂਕ ਦੇ ਵਿੱਚ ਜਿਹੜੇ ਡਿਜ਼ਾਈਨ ਹੈਗੇ ਨੇ ਉਹ ਅਲੱਗ ਅਲੱਗ ਤਰੀਕੇ ਨਾਲ ਕੀਤੇ ਗਏ ਨੇ। ਬੱਤੀ ਵਾਲੇ ਚੌਂਕ 'ਚ ਅਲੱਗ ਸੀ, 34 ਵਾਲੇ ਚੌਂਕ 'ਚ ਅਲੱਗ ਸੀ, ਟ੍ਰਿਬਿਊਨ ਚੌਂਕ 'ਚ ਅਲੱਗ ਸੀ, 34 ਅਤੇ 33 ਵਾਲੀ ਰੋਡ 'ਤੇ ਜਿਹੜੀ ਲਾਈਟਿੰਗ ਸੀ ਉਹ ਅਲੱਗ ਸੀ। ਆਹ ਤੁਸੀਂ ਟ੍ਰਿਬਿਊਨ ਚੌਂਕ ਦੀ ਤੁਸੀਂ ਲਾਈਟਿੰਗ ਦੇਖ ਪਾ ਰਹੇ ਹੋ ਕਿ ਕਿੰਨੇ ਸੋਹਣੇ ਤਰੀਕੇ ਦੇ ਨਾਲ ਲਾਈਟਿੰਗ ਕੀਤੀ ਗਈ ਹੈ, ਅਤੇ ਜਿਹੜੇ ਲੋਕ ਹੈਗੇ ਨੇ ਆਉਂਦੇ ਜਾਂਦੇ ਵੀਡੀਓਜ਼ ਵੀ ਬਣਾ ਰਹੇ ਨੇ, ਤਾਂ ਕਿ ਜਿਹੜੀ ਇਹ ਖੂਬਸੂਰਤੀ ਹੈਗੀ ਆ ਉਹ ਲੋਕ ਜਿਹੜੇ ਦੇਖ ਵੀ ਸਕਣ ਤਾਂ ਜ਼ਰੂਰ ਨਾ ਜ਼ਰੂਰ ਆਪਣੇ ਕੈਮਰੇ 'ਚ ਵੀ ਕੈਪਚਰ ਕਰ ਸਕਣ। ਤਾਂ ਇਹ ਰਾਮ ਜੀ ਦੇ ਰੰਗਾਂ ਦੇ ਵਿੱਚ ਹੀ ਰੰਗਿਆ ਹੋਇਆ ਚੰਡੀਗੜ੍ਹ ਸਾਰਾ, ਉਹਨਾਂ ਦੀ ਖੁਸ਼ੀ ਹਰ ਥਾਂ ਥਾਂ 'ਤੇ, ਹਰ ਸ਼ਹਿਰ ਸ਼ਹਿਰ 'ਚ ਮਨਾਈ ਜਾ ਰਹੀ ਹੈ, ਸ਼ਹਿਰ ਪਿੰਡਾਂ 'ਚ ਮਨਾਈ ਜਾ ਰਹੀ ਹੈ। ਮੇਰੇ ਖਿਆਲ ਤੋਂ ਮਨਾਉਣੀ ਬਣਦੀ ਵੀ ਹੈ, ਕਿਉਂਕਿ 41 ਸਾਲ ਦੇ ਬਾਅਦ ਇਹ ਜਿਹੜਾ ਸੁਪਨਾ ਹੈਗਾ ਕਿੰਨੇ ਸਾਰੇ ਲੋਕਾਂ ਦਾ, ਇਨਫੈਕਟ ਪੂਰੇ ਦੇਸ਼ ਦਾ, ਉਹ ਸੱਚ ਹੋਣ ਜਾ ਰਿਹਾ। ਤਾਂ ਤੁਸੀਂ ਇਹ ਦੇਖ ਪਾ ਰਹੇ ਹੋ ਇਹ ਚੰਡੀਗੜ੍ਹ ਦੇ ਟ੍ਰਿਬਿਊਨ ਚੌਂਕ ਦੀ ਖੂਬਸੂਰਤੀ, ਕਿੰਨੇ ਸੋਹਣੇ ਤਰੀਕੇ ਦੇ ਨਾਲ ਇਸ ਚੌਂਕ ਨੂੰ ਸਜਾਇਆ ਗਿਆ। ਟ੍ਰਿਬਿਊਨ ਚੌਂਕ ਜੋ ਕਿ ਮੇਨ ਮੰਨਿਆ ਜਾਂਦਾ ਚੰਡੀਗੜ੍ਹ ਦਾ, ਇਸ ਚੌਂਕ ਨੂੰ ਵੀ ਬੜਾ ਹੀ ਜ਼ਿਆਦਾ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ। ਅਤੇ ਹੁਣ ਅਸੀਂ ਇਹ 32 'ਚ ਐਕਚੁਅਲੀ ਅਸੀਂ ਚੌਂਕ ਵੱਲ ਅੱਗੇ ਵੱਧ ਰਹੇ ਸੀਗੇ, ਤਾਂ ਤੁਸੀਂ ਇਹ ਦੇਖ ਪਾ ਰਹੇ ਹੋ ਇਹ ਵੀ ਇੱਕ ਮੰਦਿਰ ਹੈ ਜਿਹੜਾ ਕਿ ਭੰਡਾਰਾ, ਵਿਸ਼ਾਲ ਭੰਡਾਰਾ ਇੱਥੇ ਲੱਗਿਆ ਹੋਇਆ। ਪਰ ਤੁਸੀਂ ਖੂਬਸੂਰਤੀ ਦੇਖੋ ਜ਼ਰਾ ਕਿ ਕਿਸ ਤਰੀਕੇ ਦੇ ਨਾਲ ਪੂਰਾ ਲਾਈਟਾਂ ਦੇ ਨਾਲ ਇੱਥੇ ਸਜਾਵਟ ਕੀਤੀ ਗਈ ਹੈ। ਰਾਮ ਜੀ ਦੇ ਇਸ਼ਕ ਦੇ ਵਿੱਚ, ਰਾਮ ਜੀ ਦੇ ਪਿਆਰ ਦੇ ਵਿੱਚ ਹਰ ਕੋਈ ਇਨਸਾਨ, ਭਾਵੇਂ ਘਰ ਹੋਵੇ, ਭਾਵੇਂ ਉਹਦਾ ਰੁਜ਼ਗਾਰ ਹੋਵੇ, ਭਾਵੇਂ ਮੰਦਿਰ ਹੋਵੇ, ਭਾਵੇਂ ਕੋਈ ਵੀ ਉਹਦੇ ਕੰਮ ਕਰਨ ਵਾਲੀ ਥਾਂ ਹੋਵੇ ਜਿੱਥੇ ਉਹ ਜਾਂਦਾ ਹੋਵੇ, ਹਰ ਇੱਕ ਚੀਜ਼ ਨੂੰ ਆਪਣੇ ਆਪਣੇ ਤੌਰ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ, ਸੈਲੀਬ੍ਰੇਟ ਕੀਤਾ ਜਾ ਰਿਹਾ। ਭਾਵੇਂ ਉਹ ਲਾਈਟਿੰਗ ਦੇ ਥਰੂ ਲਗਾ ਲਓ, ਭਾਵੇਂ ਘਰ ਵਿੱਚ ਦੀਵੇ ਬਾਲ ਕੇ ਲਗਾ ਲਓ, ਜਾਂ ਰੋਸ਼ਨੀ ਦੇ ਪੱਖੋਂ ਲਗਾ ਲਓ, ਤੁਸੀਂ ਦੇਖ ਪਾ ਰਹੇ ਹੋ ਖੂਬਸੂਰਤੀ। ਇਹ ਅਸੀਂ ਅੱਗੇ ਪਹੁੰਚ ਚੁੱਕੇ ਹਾਂ ਜੀ, 32 ਸੈਕਟਰ ਤੋਂ ਜਿਹੜਾ ਅਗਲਾ ਚੌਂਕ ਹੈਗਾ ਆ, ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਚੌਂਕ ਨੂੰ ਵੀ ਐਜ਼ ਅ ਟੀਜ਼ ਜਿਹੜਾ ਹੈਗਾ ਸਜਾਇਆ ਗਿਆ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਚੰਡੀਗੜ੍ਹ ਦਾ ਹਰ ਇੱਕ ਚੌਂਕ ਸਜਾਇਆ ਗਿਆ। ਲਾਈਟਿੰਗ ਗ੍ਰੀਨ ਅਤੇ ਯੈਲੋ ਲਾਈਟ ਦੇ ਨਾਲ ਨਾ ਹੋਰ ਵੀ ਜ਼ਿਆਦਾ ਇਹ ਬ੍ਰਾਈਟ ਲੱਗ ਰਹੇ ਨੇ, ਹੋਰ ਵੀ ਜ਼ਿਆਦਾ ਪਿਆਰੇ ਲੱਗ ਰਹੇ ਨੇ ਇਹ ਚੌਂਕ। ਜੈ ਸ਼੍ਰੀ ਰਾਮ ਦੇ ਨਾਮ ਤੋਂ ਚੌਂਕ ਦਾ ਜਿਹੜਾ ਹੈਗਾ ਉਹ ਸ਼ੁਰੂਆਤ ਹੁੰਦੀ ਹੈ, ਤਾਂ ਚਾਰੋਂ ਕੋਨਿਆਂ ਦੇ ਵਿੱਚ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ ਲਿਖਿਆ ਹੋਇਆ। ਬੜੀ ਹੀ ਖੂਬਸੂਰਤ ਲੱਗ ਰਿਹਾ ਇਹ ਨਜ਼ਾਰਾ ਇਸ ਟਾਈਮ, ਸਪੈਸ਼ਲੀ ਜਿਹਨੇ ਚੰਡੀਗੜ੍ਹ ਦਾ ਇਸ ਟਾਈਮ ਮਾਹੌਲ ਦੇਖਣਾ ਨਾ, ਉਹ ਜ਼ਰੂਰ ਰਾਤ ਨੂੰ 7 ਵਜੇ ਨਿਕਲਣ ਅਤੇ ਐਕਚੁਅਲ 'ਚ ਦੇਖਣ ਕਿ ਕਿਸ ਤਰੀਕੇ ਦੇ ਨਾਲ ਰਾਮ ਜੀ ਨੂੰ ਲੋਕ ਪਿਆਰ ਕਰਦੇ ਨੇ, ਰਾਮ ਜੀ ਨੂੰ ਲੋਕ ਪੂਜਦੇ ਨੇ, ਕਿਸ ਤਰੀਕੇ ਦੇ ਨਾਲ ਉਹਨਾਂ ਦੀ ਇਸ ਖੁਸ਼ੀ ਨੂੰ, ਜਿਹੜੀ ਅਯੋਧਿਆ ਦੇ ਵਿੱਚ ਉਹਨਾਂ ਦਾ ਜਿਹੜਾ ਮੰਦਿਰ ਹੈਗਾ ਉਹ ਬਣਨ ਜਾ ਰਿਹਾ, ਇਸ ਖੁਸ਼ੀ ਨੂੰ ਹਰ ਇੱਕ ਸ਼ਹਿਰ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ ਹਰ ਇੱਕ ਇਕੱਲੇ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ। ਅਸੀਂ ਬੇਸਿਕਲੀ ਚੰਡੀਗੜ੍ਹ ਦੇ ਵਿੱਚ ਹਾਂ ਇਸ ਟਾਈਮ, ਅਗਰ ਗੱਲ ਕਰੀਏ ਤਾਂ ਹੋਰ ਵੀ, ਮੈਂ ਆਪਣੇ ਡਰਾਈਵਰ ਨੂੰ ਵੀ ਜ਼ਰੂਰ ਕਹੂੰਗਾ ਚੱਲਦੇ ਰਹੋ ਚੱਲਦੇ ਰਹੋ, ਅਸੀਂ ਵਿਊਅਰਸ ਨੂੰ ਹੋਰ ਦਿਖਾਈ ਜਾਵਾਂਗੇ ਆਰਾਮ ਨਾਲ।
ਅਤੇ ਅਸੀਂ ਹੁਣ ਅੱਗੇ ਅੱਗੇ ਤੁਹਾਨੂੰ ਦਿਖਾਈ ਜਾਂਦੇ ਹਾਂ ਜਿਵੇਂ ਜਿਵੇਂ ਸਾਡਾ ਇਹ ਚੰਡੀਗੜ੍ਹ ਦਾ ਟੂਰ ਅੱਗੇ ਅੱਗੇ ਵੱਧਦਾ ਹੈ ਤਾਂ ਅਸੀਂ ਤੁਹਾਨੂੰ ਪੂਰਾ ਟੂਰ ਐਕਚੁਅਲ 'ਚ ਅਸੀਂ ਦਿਖਾਉਂਦੇ ਹਾਂ।